ਵੀਰੋ ਬੈਂਕਾਂ ਦੇ ਨਾਲ ਰਿਲੇਟਡ ਵੀਡੀਓਸ ਮੈਂ ਪਾਉਂਦਾ ਰਹਿਣਾ ਹਾਂ ਮੇਰਾ YouTube ਚੈਨਲ ਦੀਪਕਨ ਪੈਰਸ ਤੇ Facebook ਪੇਜ ਦੀਪਕਨ ਪੈਰਸ ਜਰੂਰ ਸਬਸਕ੍ਰਾਈਬ ਕਰੋ ਤੁਹਾਡੀ ਜਿਹੜੀ ਹੁੰਦੀ ਆ ਉਹ ਮੈਨੂੰ ਹਮੇਸ਼ਾ ਵੀਡੀਓਸ ਬਣਾਉਣ ਦੇ ਲਈ ਜਿਹੜਾ ਉਹ ਪ੍ਰੇਰਿਤ ਕਰਦੀ ਆ ਸੋ ਗੱਲ ਕਰਨ ਜਾ ਰਿਹਾ ਨੈਸ਼ਨਲ ਸੇਵਿੰਗ ਸਰਟੀਫਿਕੇਟ ਸਕੀਮ ਜੋ ਕਿ FD ਤੋਂ ਜ਼ਿਆਦਾ ਵਿਆਜ ਦੇ ਰਹੀ ਆ ਇਸ ਟਾਈਮ ਇਹਦੇ ਵਿੱਚ ਨਿਵੇਸ਼ ਕਰਨ ਤੇ ਟੈਕਸ ਛੂਟ ਵੀ ਮਿਲਦੀ ਆ ਤੇ ਹੋਰ ਵੀ ਬਹੁਤ ਸਾਰੇ ਫਾਇਦੇ ਮਿਲਦੇ ਆ ਥੋੜੀਆਂ ਜੀਆਂ ਗੱਲਾਂ ਤੁਹਾਡੇ ਨਾਲ ਇਸ ਬਾਰੇ ਕਰਨ ਜਾ ਰਿਹਾ ਹਾਂ ਸਰਕਾਰ ਨੇ ਇਸੇ ਮਹੀਨੇ ਪੋਸਟ ਆਫਿਸ ਦੀ ਨੈਸ਼ਨਲ ਸੇਵਿੰਗ ਸਰਟੀਫਿਕੇਟ ਐਨ ਐਸ ਸੀ ਸਕੀਮ ਦੇ ਉੱਪਰ ਮਿਲਣ ਵਾਲੇ ਵਿਆਜ ਦੇ ਵਿੱਚ ਬੜੌਤਰੀ ਕੀਤੀ ਆ ਜੇ ਤੁਸੀਂ ਟੈਕਸ ਬਚਾਉਣਾ ਚਾਹੁੰਦੇ ਆ ਤੇ ਤੁਸੀਂ ਫਿਕਸਡ ਡਿਪੋਜ਼ਿਟ ਤੋਂ ਵਧੀਆ ਨਿਵੇਸ਼ ਜਿਹੜਾ ਆ ਉਹ ਚਾਹਦੇ ਆ ਰਿਟਰਨ ਚਾਹਦੇ ਆ ਤੇ ਤੁਸੀਂ ਇਸ ਸਕੀਮ ਦੇ ਵਿੱਚ ਪੈਸਾ ਲਗਾ ਸਕਦੇ ਆ ਇਸ ਸਕੀਮ ਦੇ ਵਿੱਚ 7.7% ਸਾਲਾਨਾ ਵਿਆਜ ਦਿੱਤਾ ਜਾ ਰਿਹਾ ਆ ਥੋੜੀ ਜੀ ਜਾਣਕਾਰੀ ਦੱਨਾ ਆ ਸੋ ਫਿਲਹਾਲ ਇਸ ਸਕੀਮ ਦੇ ਵਿੱਚ 7.7% ਵਿਆਜ ਮਿਲ ਰਿਹਾ ਆ ਪੋਸਟ ਆਫਿਸ ਦੀ ਇਸ ਸਕੀਮ ਦੇ ਉੱਤੇ ਮਿਨਿਮਮ ਤੁਹਾਨੂੰ 1000 ਰੁਪਏ ਨਿਵੇਸ਼ ਕਰਨਾ ਪੈਂਦਾ ਆ ਤੇ ਤੁਸੀਂ ਐਨਐਸਸੀ ਦੇ ਵਿੱਚ ਜਿੰਨੀ ਮਰਜ਼ੀ ਰਕਮ ਜਿਹੜੀ ਉਹ ਨਿਵੇਸ਼ ਕਰ ਸਕਦੇ ਆ ਐਨਐਸਸੀ ਦਾ ਲੋਕਨ ਪੀਰੀਅਡ 5 ਸਾਲ ਦਾ ਆ ਇਸ ਚੀਜ਼ ਦਾ ਹਮੇਸ਼ਾ ਖਿਆਲ ਰੱਖੋ ਇਹਦੇ ਵਿੱਚ ਟੈਕਸ ਛੂਟ ਦਾ ਲਾਭ ਮਿਲਦਾ ਆ ਇਹਦੇ ਵਿੱਚ ਜੇਕਰ ਤੁਸੀਂ ਨਿਵੇਸ਼ ਕਰਦੇ ਆ ਤੇ ਸੈਕਸ਼ਨ 80ਸੀ ਦੇ ਤਹਿਤ ਤੁਹਾਨੂੰ ਟੈਕਸ ਛੂਟ ਕਲੇਮ ਜਿਹੜੀ ਉਹ ਮਿਲਦੀ ਆ ਬੱਚਿਆਂ ਦੇ ਨਾਮ ਦੇ ਉੱਤੇ ਵੀ ਤੁਸੀਂ ਇਹ ਅਕਾਊਂਟ ਖੋਲ੍ਹ ਸਕਦੇ ਆ ਅਗਰ ਬੱਚਾ 10 ਸਾਲ ਤੋਂ ਘੱਟ ਉਮਰ ਦਾ ਆ ਤੇ ਉਹਦੇ ਮਾਤਾ ਪਿਤਾ ਜਿਹੜਾ ਆ ਉਹ ਖਾਤਾ ਖੋਲ ਸਕਦੇ ਆ 5 ਸਾਲ ਦਾ ਲੋਕ-ਇਨ ਪੀਰੀਅਡ ਹੁੰਦਾ ਆ ਬਾਰ-ਬਾਰ ਮੈਂ ਤੁਹਾਨੂੰ ਇਹ ਦੱਸ ਰਿਹਾ ਆ ਦੋ ਚਾਰ ਗੱਲਾਂ ਦਾ ਖਿਆਲ ਰੱਖੋ ਅਗਰ ਤੁਸੀਂ ਮਚਿਓਰਿਟੀ ਪੀਰੀਅਡ ਦੇ ਦੌਰਾਨ ਵਿੱਚ ਵਿੱਚ ਇਹਦੇ ਉੱਪਰ ਮਿਲਣ ਵਾਲੇ ਵਿਆਜ ਨੂੰ ਲੈਣਾ ਚਾਹੁੰਦੇ ਆ ਤੇ ਇਸ ਸਕੀਮ ਦੇ ਵਿੱਚ ਨਿਵੇਸ਼ ਨਾ ਕਰੋ ਇਹਦਾ 5 ਸਾਲ ਦਾ ਲੋਕ-ਇਨ ਪੀਰੀਅਡ ਹੁੰਦਾ ਆ ਯਾਨੀ 60 ਮਹੀਨਿਆਂ ਤੱਕ ਪੈਸੇ ਨਹੀਂ ਕੱਢੇ ਜਾਣਗੇ ਇਸ ਲਈ ਜੋ ਲੋਕ 1 ਜਾਂ 2 ਸਾਲ ਦੇ ਲਈ ਨਿਵੇਸ਼ ਕਰਨਾ ਚਾਹੁੰਦੇ ਆ ਉਹਨਾਂ ਦੇ ਲਈ ਇਹ ਸਕੀਮ ਜੜੀ ਉਹ ਠੀਕ ਨਹੀਂ ਆ ਬਾਕੀ سپورਟ ਕਰਦੇ ਰਹੋ ਖੁਸ਼ ਰਹੋ ਜ਼ਿੰਦਾਬਾਦ ਆਦਰ